ਅੱਜ ਇਤਿਹਾਸਕ ਜਿੱਤ ਤੋਂ ਬਾਅਦ ਪੰਜਾਬ ਚੋਣਾਂ ਦੇ ਵਿੱਚ ਹਾਰ ਤੋਂ ਬਾਅਦ ਅੱਜ ਪੰਜਾਬ ਕੈਬਨਿਟ ਦੀ ਅਹਿਮ ਮੀਟਿੰਗ ਬੁਲਾਈ ਗਈ ਹੈ ਚਰਨਜੀਤ ਚੰਨੀ ਦੀ ਅਗਵਾਈ ਹੇਠੇ ਖਾਸ ਬੈਠਕ ਹੋਵੇਗੀ ਵੀਡੀਓ ਕਾਨਫਰencing ਜ਼ਰੀਏ ਇਹ ਮੀਟਿੰਗ ਹੋਵੇਗੀ ਕੈਬਨਿਟ ਦੀ ਪੂਰੀ ਕੈਬਨਿਟ ਰਾਜਪਾਲ ਨੂੰ ਅੱਜ ਸੌਂਪ ਸਕਦੀ ਹੈ ਸਿਫਾ ਸੁਚੋਣਾਂ ਦੇ ਵਿੱਚ ਕਾਂਗਰਸ ਨੂੰ ਵੱਡੀ ਹਾਰ ਮਿਲੀ ਹੈ ਆਮ ਆਦਮੀ ਪਾਰਟੀ ਵੀ ਸਰਕਾਰ ਬਣਨ ਵਾਲੀ ਹੈ ਪੰਜਾਬ ਜ਼ੋਨਾਂ ਦੇ ਵਿੱਚ ਹਾਰ ਤੋਂ ਬਾਅਦ ਅੱਜ ਕੈਬਨਿਟ ਦੀ ਅਹਿਮ ਮੈਟਿਕ ਬੈਠਕ ਬੁਲਾਈ ਗਈ ਹੈ ਬਸਮ ਸਾਡੇ ਸਹਿਯੋਗੀ ਸਾਡੇ ਨਾਲ ਜੁੜ ਚੁੱਕੇ ਨੇ ਬਸਮ ਅਹਿਮ ਬੈਠਕ ਬੁਲਾਈ ਗਈ ਹੈ ਔਰ ਇਹ ਬੈਠਕ ਇਸ ਤਰੀਕੇ ਦੇ ਨਾਲ ਹੋਵੇਗੀ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਬੈਠਕ ਹੋਵੇਗੀ ਦੇਖੋ ਬਿਲਕੁਲ ਤੁਹਾਨੂੰ ਦੱਸਦੀ ਹੈ ਜਾਣਕਾਰੀ ਜਿਹੜੀ ਹੈ ਉਹ ਆ ਰਹੀ ਹੈ ਕਿ ਕਰੀਬ 11:30 ਵਜੇ ਇੱਥੇ ਹੀ ਪੰਜਾਬ ਸੈਕਟਰੀਏਟ ਦੇ ਵਿੱਚ ਜਿਹੜਾ ਹੈ ਉਹ ਕੈਬਨਿਟ ਮੀਟਿੰਗ ਜਿਹੜੀ ਆ ਆਖਰੀ ਕੈਬਨਿਟ ਮੀਟਿੰਗ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਦੀ ਹੋਣ ਜਾ ਰਹੀ ਹੈ ਪਰ ਨਾਲ ਦੇ ਨਾਲ ਜਿਹੜੀ ਹੁਣ ਜਾਣਕਾਰੀ ਆ ਰਹੀ ਹੈ ਕਿਉਂਕਿ ਕਈ ਸਾਰੇ ਇਹੋ ਜਿਹੇ ਕੈਬਨਿਟ ਮਿਨਿਸਟਰਸ ਨੇ ਜਿਹੜੇ ਅੰਬਰਸਰ ਤੇ ਹੋਰ ਬਾਰਡਰ ਏਰੀਆਜ਼ ਜਿਹੜੇ ਕਾਫੀ ਦੂਰ ਪੈਂਦੇ ਨੇ ਉੱਥੇ ਰਹਿੰਦੇ ਨੇ ਇਸ ਕਰਕੇ ਕੈਬਨਿਟ ਮੀਟਿੰਗ ਦੇ ਵਿੱਚ ਜਿਹੜਾ ਹੈ ਫਿਜ਼ੀਕਲ ਤੌਰ ਤੇ ਵੀ ਕੁਝ ਮਿਨਿਸਟਰਸ ਜਿਹੜੇ ਪਹੁੰਚ ਸਕਦੇ ਨੇ ਚਰਨਜੀਤ ਸਿੰਘ ਚੰਨੀ ਜਿਹੜੇ ਉਹ ਪਹੁੰਚਣਗੇ 11:30 ਦੇ ਕਰੀਬ ਪਰ ਨਾਲ ਦੇ ਨਾਲ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜਾ ਕਹਿੰਦਾ ਹੈ ਇਸ ਤਰੀਕੇ ਨਾਲ ਕਈ ਸਾਰੇ ਮਾਫ ਕਰਨਾ ਮੰਤਰੀ ਨੇ ਉਹ ਜਿਹੜਾ ਉਹ ਇੱਥੇ ਪਹੁੰਚ ਵੀਡੀਓ ਕਾਨਫਰੈਂਸਿੰਗ ਤੇ ਰਹੀ ਜਿਹੜਾ ਹੈ ਉਹ ਆਪਣੀ ਮੀਟਿੰਗ ਕਰਨਗੇ ਪਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਅੱਜ ਹੀ ਜਿਹੜਾ ਹੈ ਉਹ ਕੈਬਨਿਟ ਡਿਸਾਲਵ ਕੀਤੀ ਜਾਊਗੀ ਤਾਂ ਕਿ ਨਹੀਂ ਜਿਹੜੀ ਸਰਕਾਰ ਉਹ ਫਾਰਮ ਹੋ ਸਕੇ ਪਰ ਨਾਲ ਦੇ ਨਾਲ ਤੁਹਾਨੂੰ ਦੱਸ ਦਈਏ ਅੱਜ ਹੀ ਜਿਹੜੀ ਜਾਣਕਾਰੀ ਮਿਲ ਰਹੀ ਹੈ ਅੱਜ ਹੀ ਇਸ ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਜਿਹੜਾ ਹੈ ਉਹ ਰਾਜਪਾਲ ਕੋਲ ਪਹੁੰਚ ਕੇ ਆਪਣਾ ਜਿਹੜਾ ਹੈ ਉਹ ਇਸਤਫਾ ਉਹ ਸੌਂਪਣਗੇ ਜੀ ਬਿਲਕੁਲ ਬਸ ਮਹਾਰਾਜਪਨੂ ਹਸਪਤਾਲ ਦਾ ਸੌਂਪਣ ਗਈ ਪਰ ਵੱਡਾ ਸਭਾ ਲੇ ਵੀ ਹੈ ਕਿ ਵੀਡੀਓ ਕਾਨਫਰੈਂਸਿੰਗ ਦੇ ਜ਼ਰੀਏ ਇਹ ਮਿਲਣਗੇ ਆਪਸ ਦੇ ਵਿੱਚ ਔਰ ਕਈ ਮੰਤਰੀ ਨਹੀਂ ਵੀ ਪਹੁੰਚਣਗੇ ਕਿਉਂਕਿ ਵੱਡੀ ਖਾਰ ਕੋਈ ਹੈ ਕਿ ਆਪਸ ਦੇ ਵਿੱਚ ਮਿਲਣਾ ਨਹੀਂ ਚਾਹੁੰਦੇ ਜਾਂ ਕਾਰਨ ਦੱਸਿਆ ਜਾ ਰਿਹਾ ਕਿ ਉਹ ਦੂਰੋਂ ਦੂਰੋਂ ਆਉਂਦੇ ਨੇ ਕਿਉਂਕਿ ਪਹਿਲਾਂ ਵੀ ਤਾਂ ਬੜੀਆਂ ਕੈਬਨਟ ਜਿਹੜੀਆਂ ਮੀਟਿੰਗਾਂ ਹੋ ਚੁੱਕੀਆਂ ਨੇ ਉਦੋਂ ਵੀ ਤਾਂ ਪਹੁੰਚਦੇ ਸਨ ਬਿਲਕੁਲ ਉਦੋਂ ਵੀ ਪਹੁੰਚਦੇ ਸਨ ਪਰ ਫਿਲਹਾਲ ਕਿਉਂਕਿ ਜਿਸ ਤਰੀਕੇ ਨਾਲ ਹੁਣ ਤੁਸੀਂ ਵੀ ਜਿਹੜੀ ਗੱਲ ਰੱਖੀ ਹੈ ਬਿਲਕੁਲ ਸਹੀ ਹੈ ਬਾਜੂਫ ਹੈ ਕਿ ਕਈ ਵੱਡੀ ਹਾਰ ਕਿਉਂਕਿ ਜੇ ਗੱਲ ਕਰੀਏ 25 25 30 30 ਹਜ਼ਾਰ ਦਾ ਮਾਰਜਨ ਇੱਕ ਕੈਬਨਿਟ ਮੰਤਰੀ ਲਈ ਇੱਕ ਬਹੁਤ ਵੱਡੀ ਗੱਲ ਹੁੰਦੀ ਹੈ ਕਿ ਬਹੁਤ ਵੱਡਾ ਡੈਮੇਜ ਹੈ ਕਿ ਆਖਿਰਕਾਰ ਇਹੋ ਜੀ ਕਾ ਕਮੀ ਰਹਿ ਗਈ ਕਿ ਇਸ ਤਰੀਕੇ ਦੇ ਮਾਰਜਨ ਆ ਰਹੇ ਨੇ ਸਾਹਮਣੇ ਤਾਂ ਕਿਤੇ ਨਾ ਕਿਤੇ ਉਸ ਦੇ ਉੱਤੇ ਆਤਮ ਚਿੰਤਨ ਕਰਨ ਲਈ ਜਿਹੜਾ ਹੈ ਉਹ ਕੋਸ਼ਿਸ਼ ਕਰ ਰਹੇ ਨੇ ਕਿ ਕਨ ਨਹੀਂ ਆਈਏ ਪਰ ਇੱਕ ਪਾਸੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਫੀ ਦੂਰ ਹੈ ਇਸ ਕਰਕੇ ਜਿਹੜਾ ਹੈ ਅਸੀਂ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਿਹੜਾ ਹੈ ਉਹ ਪਹੁੰਚਾਂਗੇ ਹਾਲਾਂਕਿ ਕੌਣ-ਕੌਣ ਇੱਥ ਇਹ ਜ਼ਰੂਰ ਦੇਖਣਾ ਹੋਵੇਗਾ ਕਿਉਂਕਿ ਇਹ ਕਿਹਾ ਜਾ ਰਿਹਾ ਹੈ ਕਿ ਮੁੱਖ ਮੰਤਰੀ ਚਰਨਦੀਪ ਸਿੰਘ ਚੰਨੀ ਦੇ ਨਾਲ ਹਲੇ ਵੀ ਕੁਝ ਇਹੋ ਜਿਹੇ ਮੰਤਰੀ ਨੇ ਜਿਹੜੇ ਉਹ ਪਹੁੰਚ ਸਕਦੇ ਨੇ ਪਰ ਕੁਝ ਮੰਤਰੀ ਨੇ ਜਿਹੜੇ ਵੀਡੀਓ ਕਾਨਫਰੈਂਸਿੰਗ ਰਾਹੀਂ ਹੀ ਜਿਹੜਾ ਹੈ ਉਹ ਆਪਣੀ ਮੀਟਿੰਗ ਕਰਨਗੇ ਪਰ ਨਾਲ ਦੇ ਨਾਲ ਅੱਜ ਹੀ ਜਿਹੜੀ ਇਹ ਕੈਬਨਿਟ ਸੀਗੀ ਉਹ ਡਿਸਾਲਵ ਕੀਤੀ ਜਾਏਗੀ ਜਿਸ ਤੋਂ ਬਾਅਦ ਨਵੀਂ ਜਿਹੜੀ ਸਰਕਾਰ ਉਹ ਫਾਰਮ ਹੋ ਸਕੇ ਉਸ ਤੋਂ ਪਹਿਲਾਂ ਇਸਤੀਫਾ ਜਲਾ ਹੈ ਹੋ ਰਾਜਪਾਲ ਕੋਲ ਜਾ ਕੇ ਉਹ ਚਰਨਦੀਪ ਸਿੰਘ ਚੰਨੀ ਵੱਲੋਂ ਦਿੱਤਾ ਜਾਊਗਾ ਕਈ ਸਾਰੇ ਸਵਾਲ ਇਸਤੇ ਖੜੇ ਹੋਣਗੇ ਪਰ ਅਸੀਂ ਕੋਸ਼ਿਸ਼ ਵੀ ਕਰਾਂਗੇ ਜਿਹੜੇ ਵੀ ਮੰਤਰੀ ਪਹੁੰਚਦੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕਿ ਕਿ ਆਖ ਕਾਰ ਐਡਾ ਵੱਡਾ ਕਿਸ ਤਰੀਕੇ ਨਾਲ ਤੁਸੀਂ ਸੁਨਾਮੀ ਆਣ ਦਿੱਤੀ ਕਿ ਤੁਹਾਡੇ ਆਪਣੀ ਸੀਟਾਂ ਜਿਹੜੀਆਂ ਉਹ ਚਲੀਆਂ ਗਈਆਂ ਕਈ ਸਾਰੇ ਵੱਡੇ ਜਿਹੜੇ ਆ ਸੰਭ ਕਹੇ ਜਾਂਦੇ ਸੀ ਕਾਂਗਰਸ ਪਾਰਟੀ ਸੇ ਉਹ ਡੈਮੇਜ ਹੋ ਗਏ ਉਹ ਟੁੱਟ ਗਏ ਪ੍ਰਨਾਲ ਦੇ ਨਾਲ ਐਡਾ ਵੱਡਾ ਮਾਰਜਨ ਸਭ ਤੋਂ ਵੱਡੀ ਗੱਲ ਹੈ ਕਿ ਕੋਈ 1000 2000 ਦਾ ਮਾਰਜਨ ਨਹੀਂ 25 25 30 30 ਹਜ਼ਾਰ ਦਾ ਮਾਰਜਨ ਅਸੀਂ ਓਪੀ ਸੋਨੀ ਜਿਹੜੇ ਡਿਪਟੀ ਸੀਐਮ ਨੇ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਦੇ ਆਣਗੇ ਪਰ ਨਾਲ ਦੇ ਨਾਲ ਇਹ ਕਹਿੰਦੇ ਨਜ਼ਰ ਆਏ ਕਿ ਅਸੀਂ ਵੀ ਹੈਰਾਨ ਆ ਕਿ ਸਾਨੂੰ ਪੂਰਾ ਕੌਨਫੀਡੈਂਸ ਸੀਗਾ ਕਿਆਸੀ ਜੜਾ ਹੈ ਉਹ ਚੋਣਾ ਜਿੱਤ ਰਹੀ ਨੇ ਸਾਡੀ ਪੂਰੀ ਕਾਂਗਰਸ ਦੀ ਹਵਾ ਅੰਬਰ ਸਰਚ ਸੀਗੀ ਇੱਕਦਮ ਤੋਂ ਹਵਾ ਨੂੰ ਕੀ ਹੋਇਆ ਕਿ ਦੂਜੀ ਸੁਨਾਮੀ ਆਮਾਦੀ ਪਾਰਟੀ ਦੀ ਆ ਗਈ ਜਿਹੜੀ ਕਿ ਸਾਡੀ ਹਵਾ ਨੂੰ ਹੀ ਨਾਲ ਲੈ ਕੇ ਚਲੇਗੀ ਅ ਡਾਕਟਰ ਰਾਜ ਕੁਮਾਰ ਵੇਰਕਾ ਦੀ ਗੱਲ ਕਰੀਏ 25 25 30000 ਦਾ ਮਾਰਜਨ ਉੱਥੇ ਆਇਆ ਓਪੀ ਸੋਨੀ ਦੀ ਗੱਲ ਕਰੀਏ 15000 ਦਾ ਮਾਰਜਨ ਤੇ ਕਿਤਨੇ ਕਿਤੇ ਕਈ ਸਾਰੇ ਸਵਾਲ ਇਸਤੇ ਖੜੇ ਹੁੰਦੇ ਨੇ ਕਿ ਆਖਿਰਕਾਰ ਵਾਕਈ ਕਾਂਗਰਸ ਪਾਰਟੀ ਨੂੰ ਆਤਮ ਚਿੰਤਨ ਕਰਨ ਦੀ ਲੋੜ ਹੈ ਕਿ ਇੱਥੇ ਕਿਉਂ ਇੰਨਾ ਡੈਮੇਜ ਹੋਇਆ ਹੈ ਲੋਕਾਂ ਦਾ ਇੰਨਾ ਅਕ੍ਰੋਸ਼ ਕਿਉਂ ਸੀ ਜੋ ਆਮ ਆਦਮੀ ਪਾਰਟੀ ਵਿੱਚ ਸੀ ਇਹ ਇੱਕ ਵੱਡਾ ਸਵਾਲ ਹੈ ਕਾਂਗਰਸ ਨੂੰ ਵੱਡੀ ਹਾਰ ਮਿਲੀ ਹੈ ਇੱਕ ਪਾਸੇ ਅਸਤੀਫਿਆਂ ਦਾ ਦੌਰ ਪੂਰੀ ਕੈਬਨਿਟ ਅਸਤੀਫਾ ਦੇਗੀ ਤੇ ਦੂਜੇ ਪਾਸੇ ਨਵੀਂ ਕੈਬਨਿਟ ਦੀ ਤਿਆਰੀ ਤੇ ਅੱਜ ਵਿਧਾਇਕਾਂ ਦੀ ਮੀਟਿੰਗ ਗੇ <coughs>